ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਸਤਿਗੁਰੂ ਕਲਗੀਧਰ ਸਾਹਿਬ ਜੀ ਦਾ ਸਤਿਯੁਗੀ ਪਾਵਨ ਤਪ ਅਸਥਾਨ ਹੈ, ਜਿੱਥੇ ਦਸਵੇਂ ਜਾਮੇ ਦੇ ਵਿੱਚ ਸਤਿਗੁਰੂ ਜੀ ਨੇ ਆ ਕਰਕੇ ਬੇਅੰਤ ਕੌਤਕ ਕੀਤੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਸਮੁੱਚੀ ਕੌਮ ਨੂੰ ਲਗਾਇਆ। ਸਭ ਸਿੱਖਾਂ ਕੋ ਹੁਕਮ ਹੈ, ਗੁਰੂ ਮਾਨਯੋਗ ਗ੍ਰੰਥ ਦੇ ਬਚਨ ਕੀਤੇ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਸੇ ਪ੍ਰਕਾਰ ਬਚਨ ਹੈ। ਹਰ ਇੱਕ ਗੁਰਸਿੱਖ ਮਾਈ ਭਾਈ ਘੱਟੋ ਘੱਟ ਜੀਵਨ ਦੇ ਵਿੱਚ ਇੱਕ ਵਾਰ ਇਸ ਪਾਵਨ ਸਥਾਨ ਦੇ ਦਰਸ਼ਨ ਜ਼ਰੂਰ ਕਰੇ। ਸਤਿਗੁਰੂ ਜੀ ਦੇ ਬਚਨ ਨੇ ਅਸੀਂ ਆਪਣੇ ਗੁਰਸਿੱਖਾਂ ਨੂੰ ਉਹਨਾਂ ਦੇ 60 ਸਾਲ ਦੀ ਉਮਰ ਤੱਕ ਇੱਥੇ ਉਡੀਕਾਂਗੇ, ਆ ਕਰਕੇ ਦਰਸ਼ਨ ਜ਼ਰੂਰ ਕਰੇ। ਕਈ ਵਾਰ ਕੁਛ ਪ੍ਰੇਮੀਆਂ ਦੇ ਮਨ ਦੇ ਅੰਦਰ ਸੰਸੇ ਹੁੰਦੇ ਨੇ ਕਿ 60 ਸਾਲ ਤੱਕ ਦੀ ਉਮਰ ਤੱਕ ਹੀ ਕਿਉਂ, ਜਾਂ ਸਤਿਗੁਰੂ ਜੀ ਨੇ ਇਹ ਉਮਰ ਦੀ ਸੀਮਾ ਉਮਰ ਦੀ ਹੱਦ ਕਿਉਂ ਰੱਖੀ ਹੈ। ਗੁਰਬਾਣੀ ਦੇ ਬਚਨ ਨੇ 10 ਬਾ ਲੱਤਣ 20 ਰਵਣ ਤੀਸਾ ਕਾ ਸੁੰਦਰ ਕਹਾਵੈ, 40 ਸੀ ਪੁਰ ਹੋਏ 85 ਪੱਗ ਖਿਸੈ, 60 ਕੇ ਬੁਢੇਪਾ ਆਵੈ। 60 ਸਾਲਾਂ ਦੀ ਉਮਰ ਦੇ ਵਿੱਚ ਬੁਢੇਪਾ ਆ ਜਾਂਦਾ ਹੈ ਤੇ ਸਾਧ ਸੰਗਤ ਜੀ ਜਦੋਂ ਇਨਸਾਨ ਬਜ਼ੁਰਗ ਹੋ ਜਾਂਦਾ, ਬੁੱਢਾ ਹੋ ਜਾਂਦਾ, ਫਿਰ ਲਗਭਗ ਚੱਲਣ ਤੋਂ ਰਹਿ ਜਾਂਦਾ। ਪੁਰਾਤਨ ਸਮੇਂ ਦੇ ਅੰਦਰ ਅੱਜ ਵਰਗੇ ਆਵਾਜਾਈ ਦੇ ਸਾਧਨ ਨਹੀਂ ਸਨ ਹੋਇਆ ਕਰਦੇ, ਨਾ ਜਹਾਜ਼, ਨਾ ਟ੍ਰੇਨਾਂ, ਨਾ ਬੱਸਾਂ, ਨਾ ਇਸੇ ਪ੍ਰਕਾਰ ਪਰਸਨਲ ਗੱਡੀਆਂ, ਤੇ ਨਾ ਹੀ ਅੱਜ ਵਰਗੀਆਂ ਪੱਕੀਆਂ ਸੜਕਾਂ ਸਨ। ਦਰਸ਼ਨ ਕਰਨ ਵਾਸਤੇ ਆਉਣਾ ਪੈਂਦਾ ਸੀ ਤੇ ਰਸਤਿਆਂ ਦੇ ਅੰਦਰ ਵੀ ਧਾਰਮਿਕ ਸਥਾਨ ਨਹੀਂ ਸਨ ਉਸ ਵੇਲੇ ਬਣੇ ਹੋਇਆ ਕਰਦੇ ਤੇ ਲੰਗਰਾਂ ਦਾ ਪ੍ਰਬੰਧ ਰਸਤੇ ਵਿੱਚ ਨਹੀਂ ਸੀ ਹੋਇਆ ਕਰਦਾ। ਘਰੋਂ ਚੱਲਣ ਵੇਲੇ ਹੀ ਸੁੱਕੀਆਂ ਰਸਦਾਂ ਆਪਣੇ ਨਾਲ ਲਿਆਉਣੀਆਂ ਪੈਂਦੀਆਂ ਸੀ, ਇਸੇ ਪ੍ਰਕਾਰ ਪਾਣੀ ਵੀ ਆਪਣੇ ਨਾਲ ਹੀ ਚੱਕਣਾ ਪੈਂਦਾ ਸੀ, ਛਕਣ ਵਾਸਤੇ, ਵਰਤਣ ਵਾਸਤੇ, ਨਾਲ ਆਪਣੇ ਕੱਪੜੇ ਵੀ ਚੁੱਕਣੇ ਪੈਂਦੇ ਸੀ। ਜ਼ਿਆਦਾਤਰ ਮੁਸਾਫਿਰ ਉਸ ਸਮੇਂ ਪੈਦਲ ਹੀ ਯਾਤਰਾ ਕਰਿਆ ਕਰਦੇ ਸਨ, ਵਿਰਲੇ ਵਿਰਲੇ ਕੁਝ ਗੱਡਿਆਂ ਦੇ ਉੱਪਰ, ਇਸੇ ਪ੍ਰਕਾਰ ਜਿਹੜੇ ਬਹੁਤੇ ਅਮੀਰ ਹੁੰਦੇ ਉਹ ਘੋੜਿਆਂ ਅਤੇ ਰਥਾਂ 'ਤੇ ਵੀ ਆਇਆ ਕਰਦੇ, ਪਰ ਤਾਂ ਵੀ ਸੁੱਕੀਆਂ ਰਸਦਾਂ ਸਾਜੋ ਸਮਾਨ ਸਾਰਾ ਨਾਲ ਲੈ ਕੇ ਆਉਣਾ ਪੈਂਦਾ ਸੀ। ਅੱਜ ਵਾਂਗੂ ਪੱਕੀਆਂ ਸੜਕਾਂ ਨਾ ਹੋਣ ਕਰਕੇ ਇਹ ਆਉਣ ਅਤੇ ਜਾਣ ਅਤੇ ਦਰਸ਼ਨ ਕਰਨੇ ਦਾ ਸਾਰਾ ਜਿਹੜਾ ਸਫ਼ਰ ਹੈ ਉਹ ਕੁਝ ਮਹੀਨਿਆਂ ਦਾ ਬਣ ਜਾਇਆ ਕਰਦਾ ਸੀ, ਕਈਆਂ ਨੂੰ ਦੋ ਦੋ ਮਹੀਨੇ, ਤਿੰਨ ਤਿੰਨ ਮਹੀਨੇ ਇਸ ਯਾਤਰਾ ਦੇ ਅਨੁਸਾਰ ਸਫ਼ਰ ਦੇ ਵਿੱਚ ਲੱਗਿਆ ਕਰਦੇ ਸਨ। ਸੋ ਸਾਧ ਸੰਗਤ ਜੀ, ਇਹ ਜਿਹੜਾ ਇਤਨਾ ਵੱਡਾ ਭਾਰੀ ਕਾਰਜ ਹੋਇਆ ਕਰਦਾ ਸੀ, ਜਲ ਪਾਣੀ ਨਾਲ ਚੱਕਣਾ, ਰਸਦਾਂ ਨਾਲ ਚੱਕਣੀਆਂ, ਕੱਪੜੇ ਸਿਰ 'ਤੇ ਚੁੱਕ ਕੇ ਜਾਂ ਇਸੇ ਪ੍ਰਕਾਰ ਪੰਡਾ ਬੰਨ੍ਹ ਕੇ ਲੈ ਕਰਕੇ ਆਉਣੀਆਂ ਪੈਂਦੀਆਂ ਸਨ, ਉਹ ਨੌਜਵਾਨਾਂ ਦਾ ਜਾਂ ਇਸੇ ਪ੍ਰਕਾਰ ਬੁਢਾਪੇ ਤੋਂ ਪਹਿਲਾਂ ਦਾ ਕਾਰਜ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਾਂ ਬਚਨ ਕੀਤਾ ਸੀ ਕਿ 60 ਸਾਲ ਤੱਕ ਉਡੀਕਾਂਗੇ, ਭਾਵ 60 ਸਾਲਾਂ ਤੋਂ ਬਾਅਦ ਤਾਂ ਇਨਸਾਨ ਭਾਰ ਚੁੱਕ ਕਰਕੇ ਚੱਲ ਨਹੀਂ ਸਕਦਾ, ਆ ਨਹੀਂ ਸਕਦਾ। ਸੋ ਜੋ ਉਮਰ ਦੀ ਹੱਦ ਬੁਢਾਪੇ ਤੱਕ ਦੀ 60 ਸਾਲ ਦੀ ਹੈ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ ਕਿ 60 ਸਾਲ ਤੱਕ ਆਪਣੇ ਗੁਰਸਿੱਖਾਂ ਨੂੰ ਉਡੀਕਾਂਗੇ, ਹਰ ਇੱਕ ਮਾਈ ਭਾਈ ਆ ਕਰਕੇ ਇਸ ਪਾਵਨ ਸਥਾਨ ਦੇ ਜ਼ਰੂਰ ਪਰ ਜ਼ਰੂਰ ਦਰਸ਼ਨ ਕਰੇ। ਸੰਗਤਾਂ ਦੇ ਵਿੱਚ ਵੱਡੀ ਭਾਰੀ ਮਾਨਤਾ ਹੈ ਇਸ ਪਾਵਨ ਸਥਾਨ ਦੀ। ਸਾਧ ਸੰਗਤ ਜੀ, ਸਤਿਗੁਰੂ ਕਲਗੀਧਰ ਸਾਹਿਬ ਜੀ ਦਾ ਇਹ 5ਵਾਂ ਤਖਤ ਹੋਣ ਕਰਕੇ ਗੁਰਸਿੱਖ ਮਾਈ ਭਾਈ ਦੇਸਾਂ ਪ੍ਰਦੇਸਾਂ 'ਚੋਂ ਚੱਲ ਕੇ ਆਉਂਦੇ ਨੇ, ਸਤਿਗੁਰਾਂ ਦੇ ਪਾਵਨ ਸਥਾਨਾਂ ਦੇ ਦਰਸ਼ਨ ਕਰਦੇ ਨੇ। ਪੁਰਾਤਨ ਸਮੇਂ ਦੇ ਅੰਦਰ ਜਿਹੜਾ ਕੋਈ ਇਸ ਪਾਵਨ ਸਥਾਨ ਦੇ ਦਰਸ਼ਨ ਕਰਦਾ ਸੀ ਹਜ਼ੂਰ ਸਾਹਿਬ ਜੀ ਦੇ, ਤੇ ਇਸ ਨੂੰ ਸਾਧ ਸੰਗਤ ਜੀ ਹਜ਼ੂਰੀਆ ਸਿੱਖ ਕਿਹਾ ਜਾਂਦਾ ਸੀ। ਬੜੇ ਵਿਰਲੇ ਵਿਰਲੇ ਗੁਰਸਿੱਖ ਹੋਇਆ ਕਰਦੇ ਸਨ ਜਿਨ੍ਹਾਂ ਨੂੰ ਦਰਸ਼ਨ ਪ੍ਰਾਪਤ ਹੋਇਆ ਕਰਦੇ ਸਨ, ਇਸ ਕਰਕੇ ਭਾਵਨਾ ਦੇ ਨਾਲ ਉਹਨਾਂ ਨੂੰ ਹਜ਼ੂਰੀਆ ਕਿਹਾ ਜਾਂਦਾ ਸੀ ਕਿ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੇ ਦਰਸ਼ਨ ਕਰਕੇ ਆਇਆ ਹੈ। ਅੱਜ ਸਤਿਗੁਰੂ ਜੀ ਦੀ ਕਿਰਪਾ ਹੈ, ਸਰਬਤ ਪ੍ਰਕਾਰ ਦੇ ਸਾਧਨ, ਪਰਸਨਲ ਗੱਡੀਆਂ, ਇਸੇ ਪ੍ਰਕਾਰ ਰੇਲਾਂ ਰਾਹੀਂ, ਜਹਾਜ਼ਾਂ ਰਾਹੀਂ ਸਰਬਤ ਪ੍ਰਕਾਰ ਗੁਰੂ ਘਰ ਆਉਣ ਦੀ ਸੁਵਿਧਾ ਉਪਲਬਧ ਹੈ। ਗੁਰਸਿੱਖ ਮਾਈ ਭਾਈ ਆਪੋ ਆਪਣੀ ਭਾਵਨਾ ਅਨੁਸਾਰ ਤੇ ਜਥਾ ਸ਼ਕਤ ਤਰੀਕੇ ਦੇ ਨਾਲ ਆ ਕਰਕੇ ਸਤਿਗੁਰੂ ਜੀ ਦੇ ਪਾਵਨ ਦਰ ਘਰ ਦੇ ਦਰਸ਼ਨ ਕਰਦੇ ਨੇ, ਸਤਿਗੁਰਾਂ ਦੇ ਪਾਵਨ ਉਪਦੇਸ਼ਾਂ ਨੂੰ ਯਾਦ ਕਰਦੇ ਨੇ, ਸਰਵਣ ਕਰਦੇ ਨੇ, ਹਿਰਦੇ ਵਿੱਚ ਵਸਾਉਂਦੇ ਨੇ,
ਆਪਣੇ ਜੀਵਨ ਨੂੰ ਸਫਲਾ ਕਰਦੇ ਨੇ। ਸੋ ਸਰਬਤ ਮਾਈਆਂ ਭਾਈਆਂ ਨੂੰ ਸਤਿਗੁਰੂ ਜੀ ਦੇ ਬਚਨਾਂ ਦੇ ਅਨੁਸਾਰ ਘੱਟੋ ਘੱਟ ਇੱਕ ਵਾਰ ਜ਼ਰੂਰ ਤਖ਼ਤ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਉਣਾ ਚਾਹੀਦਾ ਹੈ ਜੀ।